ਗੁਰੂ ਪਿਆਰੀ ਸਾਧ ਸੰਗਤ ਜੀਓ, ਕਿਸੇ ਵੀ ਵਸਤੂ ਨੂੰ ਟਿਕਾਉਣਾ ਹੋਵੇ ਤਾਂ ਉਸ ਦੇ ਵਾਸਤੇ ਪਹਿਲਾਂ ਥਾਂ ਬਣਾਉਣੀ ਪੈਂਦੀ ਹੈ ਤੇ ਥਾਂ ਜੇ ਬਣ ਜਾਏ ਫਿਰ ਕੋਈ ਦੂਜੀ ਵਸਤੂ ਟਿਕ ਸਕਦੀ ਹੈ। ਐਸਾ ਨਹੀਂ ਹੋ ਸਕਦਾ, ਵਸਤੂ ਦੇ ਉੱਤੇ ਵਸਤੂ ਟਿਕਾਈ ਜਾਏ ਕਦੇ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਪਹਿਲੀ ਵਸਤੂ ਜਿਹੜੀ ਉਹਨੂੰ ਪਾਸੇ ਕਰ ਦੇ ਫਿਰ ਉਹ ਦੂਜੀ ਵਸਤੂ ਉਹਦੇ 'ਤੇ ਆ ਕੇ ਟਿਕ ਸਕਦੀ ਉਸ ਥਾਂ 'ਤੇ। ਸਤਿਗੁਰੂ ਕਹਿੰਦੇ ਸਰੀਰ ਤਾਂ ਰਸਾਂ ਕਸਾਂ ਦੇ ਨਾਲ ਭਰਿਆ ਪਿਆ ਏ, ਕੋਈ ਸਵਾਲ ਕਰੇ ਵੀ ਨਾਮ ਦਾ ਰਸ ਨਹੀਂ ਆ ਰਿਹਾ, ਮਨ ਨਾਮ ਦੇ ਵਿੱਚ ਜੁੜਦਾ ਨਹੀਂ। ਸਤਿਗੁਰੂ ਕਹਿੰਦੇ ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਆਹ ਤੇ ਰਸਾਂ ਕਸਾਂ ਦੇ ਨਾਲ ਭਰਿਆ ਪਿਆ ਸਰੀਰ, ਨਾਮ ਨੂੰ ਕਿੱਥੇ ਟਿਕਾਵਾਂ, ਨਹੀਂ ਟਿਕ ਸਕਦਾ ਨਾਮ। ਅਗਲਾ ਬਚਨ ਕੀਤਾ ਮਹਾਰਾਜ ਜੀ ਨੇ, ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਨ, ਫਿੱਕਾ ਬੋਲਿਓ ਗੁਚਨਾ ਸੁਣ ਮੂਰਖ ਮਾਨਿਆ ਜਾਣ। ਭਾਈ ਜਿਤ ਬੋਲਿਆ ਪਤ ਪਾਈਐ, ਜਿਸ ਬੋਲਣ ਦੇ ਨਾਲ ਇੱਜ਼ਤ ਮਿਲਦੀ ਹੈ, ਪਤ ਮਿਲਦੀ ਹੈ, ਸੋ ਬੋਲਿਆ ਪਰਵਾਨ, ਉਹ ਹੀ ਬੋਲਿਆ ਜਿਹੜਾ ਹੈ ਮਾਲਕ ਦੇ ਘਰ ਵਿੱਚ ਪਰਵਾਨ ਹੁੰਦਾ ਹੈ। ਕਈ ਵਾਰੀ ਬੰਦਾ ਸਾਰੀ ਜ਼ਿੰਦਗੀ ਆਪਣੀ ਬਤੀਤ ਕਰ ਲੈਂਦਾ ਹੈ ਪਰ ਇਸ ਇਨਸਾਨ ਨੂੰ ਬੋਲਣਾ ਨਹੀਂ ਆਉਂਦਾ, ਸੰਸਾਰ ਦੇ ਅੰਦਰ ਰਹਿ ਕੇ ਬੋਲਣਾ ਸਿੱਖਣਾ ਪੈਂਦਾ ਹੈ। ਜੇ ਸਾਧ ਸੰਗਤ ਜੀ ਉਹ ਦੁਨੀਆਦਾਰੀ ਦੇ ਅੰਦਰ ਝਾਤੀ ਮਾਰ ਕੇ ਦੇਖੀਏ, ਕੰਨਾਂ ਦੇ ਨਾਲ ਕਦੇ ਬਣਿਆ ਹੋਇਆ ਰਿਸ਼ਤਾ ਕਦੇ ਕਿਸੇ ਦਾ ਟੁੱਟਦਾ ਨਹੀਂ, ਰਸਨਾ ਦੇ ਨਾਲ ਰਿਸ਼ਤੇ ਜੁੜਦੇ ਨੇ ਦੁਨਿਆਵੀ ਤੇ ਰਸਨਾ ਦੇ ਨਾਲ ਹੀ ਟੁੱਟਦੇ ਨੇ। ਕੋਈ ਇਹੋ ਜਿਹਾ ਬੋਲ ਰਸਨਾ ਤੋਂ ਬੋਲ ਦਿੱਤਾ ਜਾਏ ਗੁਰੂ ਕੇ ਪਿਆਰਿਓ, ਜੁੜਿਆ ਹੋਇਆ ਰਿਸ਼ਤਾ ਵੀ ਟੁੱਟ ਜਾਂਦਾ ਹੈ, ਤੇ ਜੇ ਕੋਈ ਚੰਗਾ ਬੋਲ ਬੋਲ ਦਿੱਤਾ ਜਾਏ ਰਸਨਾ ਤੋਂ ਟੁੱਟੇ ਹੋਏ ਵੀ ਰਿਸ਼ਤੇ ਜਿਹੜੇ ਨੇ ਉਹ ਜੁੜ ਜਾਂਦੇ ਨੇ। ਪਰ ਬੁਰਾ ਬੋਲਣ ਵਾਲੇ ਦਾ ਸਾਧ ਸੰਗਤ ਜੀਓ, ਚਿਰਾਂ ਦੀ ਲੱਗੀ ਹੋਈ ਪ੍ਰੀਤ ਵੀ ਸੰਸਾਰ ਦੇ ਨਾਲੋਂ ਤੋੜ ਦਿੰਦੀ ਹੈ। ਮਹਾਰਾਜ ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ, ਜੇ ਕਿਸੇ ਸੱਜਣ ਦੇ ਨਾਲ ਪਿਆਰ ਹੈ, ਮੁਹੱਬਤ ਹੈ, ਇਤਫਾਕ ਹੈ, ਸਨੇਹ ਹੈ, ਪ੍ਰੇਮ ਹੈ, ਤੇ ਉਸ ਨੂੰ ਸਾਧ ਸੰਗਤ ਕੋਈ ਰਸਨਾ ਤੋਂ ਕੌੜਾ ਬੋਲ ਬੋਲ ਦੇਈਏ, ਅਗਲਾ ਸਾਰੀ ਜ਼ਿੰਦਗੀ ਉਹ ਬੋਲ ਚੇਤੇ ਰੱਖਦਾ ਹੈ ਵੀ ਭਾਈ ਤੂੰ ਆਹ ਮੈਨੂੰ ਮਾੜਾ ਬੋਲ ਬੋਲਿਆ ਸੀ, ਭੈੜਾ ਬੋਲ ਬੋਲਿਆ ਸੀ। ਇਸ ਕਰਕੇ ਸਾਧ ਸੰਗਤ ਜੀਓ, ਭਾਈ ਨੰਦ ਲਾਲ ਜੀ ਨੇ ਬਹੁਤ ਬਾਕਮਾਲ ਦੇ ਬਚਨ ਕੀਤੇ ਨੇ, ਜਿਨ੍ਹਾਂ ਦਾ ਸਾਧ ਸੰਗਤ ਦੀ ਉਹ ਤਰਜਮਾ ਕੀਤਾ ਹੈ ਪ੍ਰਿੰਸੀਪਲ ਹਰਭਜਨ ਸਿੰਘ ਜੀ ਖੁਰਾ ਨੇ, ਉਹ ਕਹਿੰਦੇ ਨੇ ਰਸਨਾ ਤੇਰੀ ਜੇ ਬੋਲਣਾ ਜਾਣੇ ਹਰ ਗੱਲ ਰੱਬ ਦੀ ਪੂਜਾ, ਕੰਨ ਤੇਰੇ ਜੇ ਸੁਣਨਾ ਜਾਣਨਾ ਸੁਣੀ ਸ਼ਬਦ ਨਾ ਦੂਜਾ, ਰਸਨਾ ਤੇਰੀ ਜੇ ਬੋਲਣਾ ਜਾਣੇ ਹਰ ਗੱਲ ਰੱਬ ਦੀ ਪੂਜਾ, ਜੇ ਤੈਨੂੰ ਭਾਈ ਬੋਲਣਾ ਆ ਜਾਏ ਤੇ ਹਰ ਗੱਲ ਦੀ ਪੂਜਾ ਹੋ ਸਕਦੀ ਹੈ, ਹਰ ਤੇਰੀ ਰਸਨਾ ਤੋਂ ਨਿਕਲੇ ਹੋਏ ਬੋਲ ਦਾ ਦੁਨੀਆਂ ਦੇ ਅੰਦਰ ਲੋਕ ਸਤਿਕਾਰ ਕਰਨਗੇ। ਪਰ ਕਰੀਏ ਕੀ ਸਾਧ ਸੰਗਤ ਜੀਓ, ਕਈ ਵਾਰੀ ਐਸਾ ਹੋ ਜਾਂਦਾ ਹੈ ਦੁਨਿਆਵੀ ਲੋਕਾਂ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਧਾਰਮਿਕ ਦੁਨੀਆਂ ਦੇ ਅੰਦਰ ਵੀ ਕੋਈ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਕੇ ਪਿਆਰੇ ਬੋਲਣਾ ਨਹੀਂ ਆਉਂਦਾ। ਗਰੀਬ ਨਿਵਾਜ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਜਿਆ ਹੋਇਆ ਦੀਵਾਰ ਤੇ ਇੱਕ ਰਿਸ਼ ਦਾ ਤਮਾਸ਼ਾ ਕਰਨ ਵਾਲਾ ਆਇਆ, ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦਾ ਹੁਕਮ ਹੋਵੇ ਤੇ ਇਸ ਰਿਸ਼ ਦਾ ਸਮਾਤਾ ਤਮਾਸ਼ਾ ਮੈਂ ਸੰਗਤਾਂ ਨੂੰ ਦਿਖਾਵਾ। ਸਹਿਬ ਕਹਿਣ ਲੱਗੇ ਠੀਕ ਹੈ ਭਾਈ ਤੂੰ ਦਿਖਾ ਸਕਦਾ ਹੈ ਪਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਦਿਖਾ ਦੇਈਂ। ਦੀਵਾਨ ਦੀ ਸਮਾਪਤੀ ਹੋਈ ਪਿਆਰਿਓ, ਉਸ ਰਿਸ਼ ਵਾਲੇ ਨੇ ਰਿਸ਼ ਨੂੰ ਨਚਾਉਣਾ ਸ਼ੁਰੂ ਕਰ ਦਿੱਤਾ। ਤਮਾਮ ਸੰਗਤਾਂ ਬਹੁਤ ਖੁਸ਼ ਹੋਈਆਂ, ਬਹੁਤ ਖੁਸ਼ ਹੋਈਆਂ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਰਾ ਕੌਤਕ ਵੇਖ ਰਹੇ ਨੇ, ਪਰ ਇੱਕ ਅਨੋਖਾ ਕੌਤਕ ਹੋ ਗਿਆ ਸਾਧ ਸੰਗਤ। ਜਿਸ ਵੇਲੇ ਚੌਰ ਬਰਦਾਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਸੀਸ ਕਰ ਰਿਹਾ ਸੀ, ਉਹ ਇਤਨਾ ਖੁਸ਼ ਹੋਇਆ, ਇਤਨਾ ਖੁਸ਼ੀ ਦੇ ਅੰਦਰ ਆ ਗਿਆ ਸਾਧ ਸੰਗਤ ਜੀ, ਉਹ ਖੁਸ਼ੀ ਖੁਸ਼ੀ ਦੇ ਵਿੱਚ ਖੁਸ਼ ਬੈਠਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਰਿਛ ਬੜਾ ਕਲੋਰ ਕਰ ਰਿਹਾ ਏ,
ਬਹੁਤ ਸੋਹਣਾ ਤਮਾਸ਼ਾ ਕਰ ਰਿਹਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਬੜਾ ਖੁਸ਼ ਹੋ ਰਿਹਾ ਜ਼ਿਆਦਿਆਂ ਦੂਜਿਆਂ ਦੇ ਨਾਲੋਂ ਜ਼ਿਆਦਾ ਤੈਨੂੰ ਪਤਾ ਹੈ ਵੀ ਇਹ ਰਿੱਛ ਕੌਣ ਹੈ ਕਹਿਣ ਲੱਗਾ ਸੱਚੇ ਪਾਤਸ਼ਾਹ ਜਾਨਵਰ ਹੀ ਹੈ ਮੈਨੂੰ ਹੋਰ ਕੀ ਪਤਾ ਹੋ ਸਕਦਾ ਹੈ ਗਰੀਬ ਨੂੰ ਅੱਜ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਇਹ ਤੇਰਾ ਬਾਪ ਸ਼ੋਭਾ ਰਾਮ ਹੈ ਜਦੋਂ ਇੰਨੀ ਗੱਲ ਸੁਣੀ ਤੇ ਪੈਰਾਂ ਦੇ ਵਿੱਚੋਂ ਮਿੱਟੀ ਨਿਕਲ ਗਈ ਹੈਰਾਨ ਹੋ ਗਿਆ ਗਲਗੀਧਰ ਸੱਚੇ ਪਾਤਸ਼ਾਹ ਮੇਰਾ ਬਾਪ ਰਿੱਛ ਦੀ ਜੂਨ ਦੇ ਅੰਦਰ ਪੈ ਗਿਆ ਮੈਂ ਆਪ ਦੇ ਦਰ ਦੀ ਸੇਵਾ ਕਰਦਾ ਮੈਨੂੰ ਪਤਾ ਨਹੀਂ ਕਿਹੜੀ ਟੇਢੀ ਜੂਨ ਮਿਲੇਗੀ ਸਹਿਬ ਕਹਿਣ ਲੱਗੀ ਨਿਰਾਸ਼ ਨਾ ਹੋ ਗੁੱਸਾ ਨਾ ਕਰ ਇਸ ਗੱਲ ਦਾ ਸਾਰਾ ਤੈਨੂੰ ਪਿਛੋਕੜ ਦੱਸ ਦਿੰਦੇ ਹਾਂ ਸਹਿਬ ਕਹਿਣ ਲੱਗੇ ਕਰਦਾ ਸੀ ਗੁਰੂ ਨਾਨਕ ਦੇ ਘਰ ਦੀ ਸੇਵਾ ਵਰਤਾਉਂਦਾ ਸੀ ਅੰਮ੍ਰਿਤ ਵਰਗੀ ਮਿੱਠੀ ਦੇਗ ਪਰ ਬੋਲ ਇਹਦੇ ਕੋਲ ਮਿੱਠੇ ਨਹੀਂ ਸੀ ਬੋਲ ਇਹਦੇ ਕੋਲ ਕੜੱਤਣ ਦੇ ਨਾਲ ਭਰੇ ਪਏ ਸਨ ਕੋਈ ਗੁਰੂ ਕਾ ਸਿੱਖ ਆਇਆ ਪ੍ਰਸ਼ਾਦ ਲੈਣ ਵਾਸਤੇ ਉਹਨੂੰ ਕਾਹਲੀ ਸੀ ਜਾਣਾ ਸੀ ਅੱਗੇ ਕਹਿਣ ਲੱਗਾ ਭਾਈ ਉਹਨੂੰ ਪ੍ਰਸ਼ਾਦ ਦੇ ਦੇ ਜਲਦੀ ਜਾਣਾ ਹੈ ਤੇ ਇਹਦੇ ਬੋਲ ਇਹੋ ਜਿਹਾ ਸੀ ਕੌੜੇ ਬੋਲਣ ਵਾਲਾ ਕਹਿਣ ਲੱਗਾ ਬੈਠ ਜਾ ਐਵੇਂ ਰਿਛ ਵਾਂਗੂ ਘੁੜਕੀ ਜਾ ਰਿਹਾ ਹੈ ਉਹ ਸੀ ਗੁਰੂ ਕਾ ਪਿਆਰਾ ਜਿਸ ਦੀ ਰਸਨਾ ਤੇ ਨਿਰੰਕਾਰ ਦਾ ਨਾਮ ਵਸਦਾ ਸੀ ਸੁਭਾਵਕ ਉਹਨੇ ਕਹਿ ਦਿੱਤਾ ਰਿਛ ਬਣ ਤੂੰ ਮੈਂ ਕਿਉਂ ਬਣਾ ਕਿਣਕਾ ਚੱਕਿਆ ਪ੍ਰਸ਼ਾਦ ਦਾ ਤਲਿਓ ਮੁੱਖ ਵਿੱਚ ਪਾਇਆ ਸਤਨਾਮ ਵਾਹਿਗੁਰੂ ਜਪਦਾ ਜਦੋਂ ਵਾਪਸ ਚਲਿਆ ਗਿਆ ਸਮਾਂ ਪਾ ਕੇ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਉਹੋ ਹੀ ਹੈ ਤੇਰਾ ਬਾਪ ਹੈ ਜਿਹਨੂੰ ਰਿਛ ਦੀ ਜੂਨੀ ਮਿਲੀ ਹੈ ਤੇ ਸਾਧ ਸੰਗਤ ਜੀ ਉਹ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਐਸੇ ਕਮਾਲ ਦੇ ਬਚਨ ਕੀਤੇ ਨੇ ਅਸੀਂ ਰੋਜ਼ ਆਸਾ ਕੀ ਵਾਰ ਦੇ ਅੰਦਰ ਸੁਣਦੇ ਆ ਜਿਸ ਇਨਸਾਨ ਦੇ ਬੋਲਾਂ ਦੇ ਅੰਦਰ ਰਸ ਨਹੀਂ ਆਇਆ ਉਹਦਾ ਤਨ ਵੀ ਫਿੱਕਾ ਉਹਦਾ ਮਨ ਵੀ ਫਿੱਕਾ ਤੇ ਫਿੱਕਾ ਬੋਲਣ ਵਾਲੇ ਨੂੰ ਸਜ਼ਾ ਕੀ ਮਿਲਦੀ ਹੈ ਮਹਾਰਾਜ ਕਹਿੰਦੇ ਨਿਰੰਕਾਰ ਦੇ ਘਰ ਵਿੱਚ ਜੁੱਤੀਆਂ ਦੀ ਸਜ਼ਾ ਮਿਲਦੀ ਹੈ ਸਾਧ ਸੰਗਤ ਜੀਓ ਪੜ੍ਹੀਏ ਕਦੇ ਬਚਨ ਗੁਰੂ ਸਾਹਿਬ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਕੇ ਸਟੀਏ ਮੋ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਏ ਸਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਤ ਬੋਲਿਆ ਪਤ ਪਾਈਏ ਭਾਈ ਉਹ ਬੋਲ ਬੋਲਣੇ ਚਾਹੀਦੇ ਨੇ ਜਿਨ੍ਹਾਂ ਬੋਲਾਂ ਦੇ ਸਦਕਾ ਪਤ ਮਿਲੇ ਇੱਜ਼ਤ ਮਿਲੇ ਸੋ ਬੋਲਿਆ ਪਰਵਾਨ ਇਹੋ ਜਿਹਾ ਬੋਲਿਆ ਨਿਰੰਕਾਰ ਦੇ ਘਰ ਵਿੱਚ ਪਰਵਾਨ ਹੋ ਜਾਂਦਾ ਹੈ ਫਿੱਕਾ ਬੋਲ ਵੀ ਗੁੱਚਣਾ ਸੰਗੂਰ ਮਨ ਅਜਾਣ ਜਿਹੜੇ ਭਾਈ ਫਿੱਕੇ ਬੋਲ ਬੋਲਦੇ ਨੇ ਖੁਆਰੀ ਪੱਲੇ ਪੈਂਦੀ ਹੈ ਤੇ ਆਪਣੇ ਜੀਵਨ ਦੇ ਅੰਦਰ ਕਦੇ ਉਹ ਆਦਰ ਤੇ ਸਤਿਕਾਰ ਹਾਸਲ ਨਹੀਂ ਕਰ ਸਕਦੇ ਸੋ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਜੋ ਪੰਕਤੀ ਹੈ ਦੋ ਕੁ ਸਤਰਾਂ ਦੀ ਵਿਚਾਰ ਇਹਦੀ ਕੀਤੀ ਹੈ ਕਦੇ ਦੀ ਤੋਂ ਗ੍ਰਹਿਣੀ ਵਿਚਾਰ ਆਪਾਂ ਕੱਲ੍ਹ ਨੂੰ ਇੱਥੋਂ ਸ਼ੁਰੂ ਕਰਾਂਗੇ ਸਾਧ ਸੰਗਤ ਸਮੇਂ ਦੀ ਸੰਪੂਰਨਤਾ ਹੈ ਔਰ ਆਪ ਸੰਗਤਾਂ ਨੇ ਸਾਧ ਸੰਗਤ ਬਹੁਤ ਮਾਣ ਤੇ ਸਤਿਕਾਰ ਦਿੱਤਾ ਦਾਸ ਨੂੰ ਤਿੰਨ ਵੀਕਾਂ ਤੋਂ ਆਪ ਜੀ ਦੇ ਇਸ ਅਸਥਾਨ ਤੇ ਸੇਵਾ ਗੁਰੂ ਸ਼ਬਦ ਦੀ ਵਿਚਾਰ ਦੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਕੱਲ੍ਹ ਦਾ ਆਖਰੀ ਦਿਨ ਇੱਥੇ ਗੁਰੂ ਸ਼ਬਦ ਦੀ ਵਿਚਾਰ ਦੀ ਸੇਵਾ ਦਾ ਹੈ ਫਿਰ ਕਿਤੇ ਸਮਾਂ ਮਿਲਿਆ ਨਦੀ ਨਾਵ ਸੰਜੋਗੀ ਮੇਲੇ ਫਿਰ ਸੰਤਾਂ ਦੇ ਦਰਸ਼ਨ ਕਰਾਂਗੇ ਸੋ ਕੱਲ੍ਹ ਨੂੰ ਦੁਪਹਿਰ ਦੇ ਦੀਵਾਨ ਵਿੱਚ ਆਪਾਂ ਇਸੇ ਪੰਕਤੀ ਦੀ ਵਿਚਾਰ ਫਿਰ ਕਰਾਂਗੇ ਸਾਧ ਸੰਗਤ ਜੀਓ ਬੇਅੰਤ ਭੁੱਲਾਂ ਚੁੱਕਾਂ ਦੀ ਕਿਮਾ ਸਤਿਗੁਰੂ ਮਹਾਰਾਜ ਸਮਤ ਬਖਸ਼ਿਸ਼ ਕਰਨ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ